ਬਾਬਾ ਜੀ ਸਾਹਮਣੇ ਨਾ ਆਓ, ਉੱਥੇ ਗੋਲੀਆਂ ਮਾਰਦੇ, ਸਿੱਧੀਆਂ ਰੱਖ ਰੱਖੋ, ਤੁਸੀਂ ਤਾਂ ਇੱਦਾਂ ਤੁਰੇ ਫਿਰਦੇ ਹੈ ਜਿੱਦਾਂ। ਉਹ ਆਖਦੇ ਜੰਗਲਾਂ ਨੂੰ ਆਓ, ਉਹ ਜੰਗਲਾਂ ਨੂੰ ਨਾ ਚਲਾਓ, ਨਾ ਚਲਾਓ। ਫੋਨ ਕੌਣ ਹੈ? ਉਹ ਹੱਥ ਖੜੇ ਕਰੀ ਜਾਂਦਾ ਹੁਣ, ਉਹ ਹੱਥ ਖੜੇ ਕਰੀ ਜਾਂਦਾ, ਪਤਾ ਨਹੀਂ ਕਿਹੜਾ ਜੀ ਇਹ। ਗੁਰੂ ਘਰ ਦੀ ਜ਼ਮੀਨ ਦੇ ਕਾਰਨ ਸ਼ਰੇਆਮ ਚੱਲੀਆਂ ਗੋਲੀਆਂ। ਤਰਨ ਤਾਰਨ ਦੇ ਪਿੰਡ ਮਾਣੋ ਚਾਹਲ 'ਚ ਹੋਈ ਖੂਨੀ ਝੜਪ। ਅੱਗ ਦੇ ਹਵਾਲੇ ਕੀਤੀਆਂ ਗੱਡੀਆਂ, ਲੋਕਾਂ 'ਚ ਮੱਚੀ ਹਾਹਾਕਾਰ। ਗੁਰਦੁਆਰਾ ਜੋਗੀ ਪੀਰ 'ਤੇ ਕਬਜ਼ਾ ਕਰਨ ਨੂੰ ਲੈ ਕੇ ਹੋਇਆ ਗੋਲੀ ਕਾਂਡ। ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮਾਣੋ ਚਾਹਲ ਵਿਖੇ ਗੁਰਦੁਆਰਾ ਜੋਗੀ ਪੀਰ ਦੇ ਕਬਜ਼ੇ ਨੂੰ ਲੈ ਕੇ ਗੋਲੀਆਂ ਚਲਾਈਆਂ ਗਈਆਂ। ਇਹਨਾਂ ਗੋਲੀਆਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪਾਈਆਂ, ਉੱਥੇ ਨਾਲ ਹੀ ਪੂਰੇ ਪਿੰਡ ਵਿੱਚ ਦਹਿਸ਼ਤ ਫੈਲ ਗਈ। ਇਸ ਮੌਕੇ ਦੋ ਧਿਰਾਂ ਵਿੱਚ ਚੱਲੀ ਗੋਲੀ ਵਿੱਚ ਕਈ ਗੱਡੀਆਂ ਦੀ ਭੰਨ ਤੋੜ ਅਤੇ ਵਾਹਨਾਂ ਨੂੰ ਵੀ ਸਾੜਿਆ ਗਿਆ। ਇਸ ਘਟਨਾ ਵਿੱਚ ਕਰੀਬ 7 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲਾਂ ਵਿੱਚ ਭੇਜਿਆ ਗਿਆ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਪੁਰਾਤਨ ਅਤੇ ਇਤਿਹਾਸਕ ਗੁਰਦੁਆਰਾ ਬਾਬਾ ਜੋਗੀ ਪੀਰ ਦਾ ਸਥਾਨ ਹੈ, ਜਿਸ ਨੂੰ ਗੁਰਦੁਆਰਾ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਜਦਕਿ ਪਿੰਡ ਵਾਸੀ ਇੱਕ ਵਿਅਕਤੀ ਜੋ ਕਿ ਗੁਰਦੁਆਰੇ ਦਾ ਸੇਵਾਦਾਰ ਸੀ ਅਤੇ ਇਸ ਦੇ ਨਸ਼ਿਆਂ ਦੇ ਵਿੱਚ ਰਹਿਣ ਕਰਕੇ ਇਸ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਲਿਹਾਜ਼ਾ ਇਸ ਨੇ ਹਥਿਆਰਬੰਦ ਵਿਅਕਤੀਆਂ ਦੇ ਨਾਲ ਆ ਕੇ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਿੰਡ ਵਾਸੀਆਂ ਨੇ ਇਹਨਾਂ ਨੂੰ ਜਦ ਪਿੰਡ ਵਿੱਚੋਂ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਇੱਕ ਦੋ ਵਾਰਾਂ ਹੱਲੇ ਬੋਲਣ ਲੱਗੇ, ਉਦੋਂ ਪਿੰਡ ਵਾਲਿਆਂ ਦੇ ਨਹੀਂ ਬੋਲਣ 'ਤੇ ਹੁਣ ਇਹਨੇ ਬਾਹਰੋਂ ਬੰਦੇ ਬੁਲਾ ਕੇ ਰਫਲਾਂ ਲਿਆ ਕੇ ਅਣਪਛਾਤੇ ਜਿਹੜੇ ਬੰਦੇ ਆ, ਕੋਈ ਸਾਧ ਆ, ਕੋਈ ਕਿਤਿਓਂ ਦੇ ਆ, ਕੋਈ ਮੋਨੇ ਬੰਦੇ ਆ, ਇਹਨਾਂ 315 ਰਫਲਾਂ ਲਿਆ ਕੇ ਸਵੇਰੇ ਤੜਕੇ ਜਦੋਂ 4:30 ਗ੍ਰੰਥੀ ਸਿੰਘ ਉੱਤੇ ਆਏ ਆ, ਅਤੇ ਗ੍ਰੰਥੀ ਸਿੰਘਾਂ ਨੂੰ ਇਹਨਾਂ ਨੇ ਝੂਰੀ 'ਚੋਂ ਖਾਤਾ ਧੱਕੇ ਮਾਰੇ, ਉਹਨਾਂ ਰਫਲਾਂ ਜਦੋਂ ਦਿਖਾਈਆਂ ਉਹ ਬੰਦੇ ਥੋੜ੍ਹੇ ਸੀ ਡਰ ਗਏ, ਉਹਨਾਂ ਜਾ ਕੇ ਸਾਨੂੰ ਨਗਰ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਦੱਸਿਆ ਅਤੇ ਨਹੀਂ ਪਿੰਡ ਵਾਲੇ ਸਾਰਾ ਨਗਰ ਇਕੱਠਾ ਹੋ ਕੇ ਇੱਧਰ ਨੂੰ ਆਉਂਦੇ ਆ। ਇਹਨਾਂ ਨੇ ਸਾਡਾ ਇਹ ਉਤਲਾ ਜਿਹੜਾ ਦਰਬਾਰ ਹੈ ਉੱਥੇ ਤਾਂ ਇਹਦਾ ਮੋਰਚਾ ਬਣਾਇਆ ਸੀ, ਇੱਥੇ ਰਫਲਾ ਉਹਨਾਂ ਨੇ ਬਾਹਰ ਨੂੰ ਕੱਢੀਆਂ। ਜਦੋਂ ਸਾਡੇ ਬੰਦੇ ਆਉਂਦੇ ਸੀ ਸੜਕ ਦੇ ਉੱਤੇ, ਇਹਨਾਂ ਨੇ ਸਿੱਧੇ ਸਾਨੂੰ ਜਦੋਂ ਰੌਂਦ ਮਾਰੇ, ਉਹਦਾ ਕਰਕੇ ਸਾਡੇ 6 ਬੰਦੇ ਜਿਹੜੇ ਆ ਜ਼ਖਮੀ ਹੋ ਗਏ ਹਸਪਤਾਲ ਦੇ ਵਿੱਚ। ਕਿੰਨੇ ਕੁ ਬੰਦੇ ਟੁੱਟ ਲਏ? ਹਾਂਜੀ, ਕਿੰਨੇ ਬੰਦੇ ਆਏ ਸੀ ਟੁੱਟ ਲਏ? 6 ਬੰਦੇ, 70-80 ਬੰਦੇ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਗੱਡੀ ਵਿੱਚ ਸਵਾਰ ਹੋ ਕੇ ਦੂਜੀ ਧਿਰ ਵਾਲੇ ਆਏ ਸਨ, ਉਹਨਾਂ ਗੱਡੀਆਂ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਸਨ, ਜਿਸ ਨੂੰ ਪਿੰਡ ਵਾਸੀਆਂ ਨੇ ਇਹਨਾਂ ਦੇ ਨਾਲ ਦੋ ਹੱਥ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਘਟਨਾਕ੍ਰਮ ਦੇ ਦੌਰਾਨ 3 ਗੱਡੀਆਂ ਅਤੇ 5 ਤੋਂ ਵੱਧ ਮੋਟਰਸਾਈਕਲ ਅੱਗ ਦੀ ਭੇਂਟ ਚੜ ਗਏ। ਗ੍ਰੰਥੀ ਸਿੰਘ ਆਇਆ ਅਤੇ ਉਦੋਂ ਗ੍ਰੰਥੀ ਸਿੰਘ ਨੇ ਮਾਹ ਦਾ ਪ੍ਰਕਾਸ਼ ਕੀਤਾ, ਪ੍ਰਕਾਸ਼ ਕਰਦਿਆਂ ਇਹਨਾਂ ਨੇ ਮੁੜ ਕੇ ਬੰਦੇ ਆਪਣੇ ਲਿਆ ਕੇ ਅਤੇ ਸਾਡੇ ਗ੍ਰੰਥੀ ਸਿੰਘ ਆਉਂਦੇ ਸੀ ਉੱਥੋਂ ਭੱਜਿਆ, ਉਹ ਪਾਸੇ ਹੋ ਗਿਆ। ਇਹਨਾਂ ਨੇ ਨਾਲ ਘੱਟੋ ਘੱਟ 70-80 ਬੰਦੇ, ਨਾਲ ਰੋਣਾਲੇ ਹੀ, ਨਾਲ ਨਿਹੰਗ ਸਿੰਘ ਹੀ, ਨਾਲ ਇਹਨਾਂ ਦੇ ਇਸਤਰਾਂ ਨਕਲਾਂ ਵੀ ਬੰਦਿਆਂ ਨੇ ਪਾਈਆਂ ਸੀ, ਦਾਰੂ ਪੀਤਾ ਸੀ, ਬਹੁਤ ਕੁਛ ਇਹਨਾਂ ਨੂੰ ਲੜਬਾਜ਼ੀ ਕੀਤੀ ਆ। ਸਾਡੇ ਮੋਦੀਖਾਨੇ ਦੇ ਜਿਹੜੇ ਆ, ਸਾਡਾ ਮੋਦੀਖਾਨਾ ਸਾਰਾ ਤੋੜ ਭੰਨ ਦਿੱਤਾ ਇਹਨਾਂ ਨੇ। ਉੱਧਰ ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਨੂੰ ਘਟਨਾ ਦਾ ਪਤਾ ਚੱਲਦੇ ਹੀ ਪੂਰੀ ਪੁਲਿਸ ਫੋਰਸ ਪਿੰਡ ਮਾਣੋ ਚਾਹਲ ਵਿੱਚ ਆ ਗਈ ਅਤੇ ਪੂਰਾ ਪਿੰਡ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ। ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ਰਹੇ SSP ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਉੱਥੇ ਰਣਜੋਤ ਸਿੰਘ ਨਾਂ ਦਾ ਬਾਬਾ ਹੈ, ਉਹਦਾ
ਉਹਦੇ ਕੋਲ 8 ਕਿੱਲੇ ਜ਼ਮੀਨ ਹੈ ਅਤੇ ਨਾਲ ਗੁਰਦੁਆਰਾ ਸਾਹਿਬ ਦੇ ਐਡਜੋਇਨਿੰਗ ਬਿਲਡਿੰਗ ਆ, ਉੱਥੇ ਉਹ ਪੁਜੈਸ਼ਨ ਆ ਉਹਦਾ। ਲੋਕਲ ਕਮੇਟੀ ਦਾ ਗੁਰਦੁਆਰਾ ਸਾਹਿਬ 'ਤੇ ਪੁਜੈਸ਼ਨ ਹੈ, ਉਹ ਚਲਾਉਂਦੀ ਹੈ। ਪਰ ਰਾਤ ਉਹਨੇ 23 ਲੇਡੀਜ਼ ਸੀ, 20 ਬੰਦੇ ਸੀ, ਉਹ ਲੈ ਕੇ ਉਹਨੇ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਉੱਥੇ ਫਾਇਰਿੰਗ ਹੋਈ, ਜਿਹਦੇ 4-5 ਬੰਦੇ ਜ਼ਖਮੀ ਹੋਏ ਨੇ, ਪਰ ਜਾਨੀ ਨੁਕਸਾਨ ਨਹੀਂ ਹੋਇਆ। ਉਹ ਪੁਲਿਸ ਨੇ ਸਾਰੇ ਅਰੈਸਟ ਕਰ ਲਏ ਨੇ, ਪਰਚਾ ਦਰਜ ਕਰ ਦਿੱਤਾ ਅਤੇ ਵੈਪਨ ਉਹਨਾਂ ਦੇ ਰਿਕਵਰ ਕਰ ਲਏ। ਸਰ ਟੋਟਲ ਕਿੰਨੇ ਬੰਦੇ ਆ ਜੀ? ਟੋਟਲ ਹਜੇ ਤੱਕ 20 ਸੀ, ਜਿਹੜੇ ਜਿੰਨੇ ਵੀ ਸੀ ਉੱਥੇ 20 ਸੀ, 20 ਦੇ ਵੀ ਅਰੈਸਟ ਕਰ ਲਏ। ਕੋਈ ਲੇਡੀਜ਼ ਵਗੈਰਾ ਵੀ ਹੈਗੀ? 3। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ। ਪੁਲਿਸ ਨੇ ਪਿੰਡ ਦੀ ਘੇਰਾਬੰਦੀ ਕਰ ਰੱਖੀ ਹੈ। ਧਰਮ ਸਥਾਨ 'ਤੇ ਇਸ ਤਰ੍ਹਾਂ ਦੀ ਗੁੰਡਾਗਰਦੀ ਕਰਨਾ ਬੇਹੱਦ ਚਿੰਤਾਜਨਕ ਹੈ। ਤਰਨ ਤਾਰਨ ਤੋਂ ਬਲਦੇਵ ਸਿੰਘ ਪੰਨੂ ਦੇ ਨਾਲ ਪਵਨ ਬੁੱਗੀ, D5 ਚੈਨਲ ਪੰਜਾਬੀ।